किसानी मोर्चे च चल रही मीटिंगां नूं लैके लखा सधाणा वल्लों पंजाब तो एक वड्डी अपील कर दित्ती गई है, जिस विच 26 जनवरी तो पहला ही वड्डे इकट्ठ नाल दिल्ली पहुंचण दा ऐलान मोदी भगतां दी नींद भी उड़ा सकदा है। इस मौके लखा सधाणा वल्लों एक नंबर सांझा करदे होए पंजाब दे हर घर तो घट्टो घट्ट एक मैंबर नूं संघर्ष विच योगदान पाउण दा सुनेहा दित्ता गया। ਸਤਿ ਸ਼੍ਰੀ ਅਕਾਲ ਜੀ। ਦਿੱਲੀ ਚੱਲਣ ਬਾਰੇ ਇੱਕ ਜ਼ਰੂਰੀ ਜਿਹੜੀ ਸੂਚਨਾ ਸਾਂਝੀ ਕਰਨੀ ਹੈ ਤੁਹਾਡੇ ਨਾਲ ਕਿ ਆਪਾਂ 22 ਤਰੀਕ ਚੱਲਣ ਦਾ ਇੱਥੋਂ ਪ੍ਰੋਗਰਾਮ ਬਣਾਇਆ। ਮੋਗੇ ਤੋਂ ਮੋਗੇ ਦੀ ਦਾਣਾ ਮੰਡੀ 'ਚ ਆਪਾਂ ਇਕੱਠੇ ਹੋਣਾ, ਕਿਉਂਕਿ ਮੋਗਾ ਵਿਚਾਲੇ ਪੈ ਜਾਂਦਾ, ਸਾਰੇ ਕੇਂਦਰ 'ਚ ਪੈ ਜਾਂਦਾ। ਸੋ ਇਸ ਕਰਕੇ ਮੋਗਿਓਂ ਆਪਾਂ ਬਰਨਾਲਾ, ਬਰਨਾਲੇ ਤੋਂ ਸੰਗਰੂਰ ਅਤੇ ਸੰਗਰੂਰ ਤੋਂ ਅੱਗੇ ਪਟਿਆਲਾ, ਰਾਜਪੁਰਾ ਹੋ ਕੇ ਜਿਹੜਾ ਦਿੱਲੀ ਵੱਲ ਨੂੰ ਆਪਾਂ ਚਾਲੇ ਪਾਉਣੇ ਹਾਂ। ਸੋ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ, ਸਾਡੇ ਨੌਜਵਾਨਾਂ ਨੂੰ, ਬਜ਼ੁਰਗਾਂ ਨੂੰ, ਮਾਵਾਂ ਨੂੰ, ਭੈਣਾਂ ਨੂੰ ਕਿ ਵੱਧ ਤੋਂ ਵੱਧ ਆਪਾਂ 26 ਤਰੀਕ ਤੋਂ ਪਹਿਲਾਂ ਪਹਿਲਾਂ 22-23 ਤੱਕ ਦਿੱਲੀ ਪਹੁੰਚ ਜਾਣੇ ਚਾਹੀਦੇ ਹਾਂ। ਤਾਂ ਜਿਹੜੇ ਵੀ ਸੱਜਣ ਭਰਾ ਸਾਡੇ ਨਾਲ ਜਾਣਾ ਚਾਹੁੰਦੇ ਆ, ਕਿਉਂਕਿ ਅਸੀਂ ਗੱਡੀਆਂ ਦਾ ਅਤੇ ਟਰੈਕਟਰਾਂ ਦਾ ਕਾਫਲਾ ਜਿਹੜਾ ਉਹ ਲੈ ਕੇ ਜਾਣਾ ਵੱਡੀ ਗਿਣਤੀ 'ਚ, ਪਰਸੋਂ 22 ਤਰੀਕ ਨੂੰ ਮੋਗਿਓਂ ਦਾਣਾ ਮੰਡੀ 'ਚੋਂ ਚੱਲਾਂਗੇ, ਮੋਗਿਓਂ ਬਰਨਾਲਾ, ਸੰਗਰੂਰ, ਪਟਿਆਲਾ, ਰਾਜਪੁਰਾ ਹੋ ਕੇ। ਅਤੇ ਉਹ ਸਾਰੇ ਭਰਾ ਜਿਹੜੇ ਜਾਣਾ ਚਾਹੁੰਦੇ ਨੇ ਤਾਂ ਅਸੀਂ ਨੰਬਰ ਜਿਹੜਾ ਇੱਕੋ ਛੱਡਾਂਗੇ, ਤਾਂ ਉਹ ਨੰਬਰ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਲਿਓ ਵੀ ਜਿਹਨੇ ਵੀ ਜੁੜਨਾ। ਤਕਰੀਬਨ 11-12 ਵਜੇ, ਮੰਨ ਲਓ 12 ਕੁ ਵਜੇ, 12-12 ਜਾਂ 1 ਵਜੇ ਤੱਕ, ਕਈ ਵਾਰੀ ਮਾਝੇ ਵਾਲੇ ਜਿਹੜੇ ਆਉਣਾ ਚਾਹੁੰਦੇ ਹੁਣ ਮੋਗੇ ਜਾਂ ਹੋਰ ਕੀ ਫਿਰੋਜ਼ਪੁਰ ਵਾਲੇ ਜਾਂ ਇੱਧਰਲੇ ਲੁਧਿਆਣੇ ਵਾਲੇ, ਤਾਂ ਉਹ ਫਿਰ ਆਪਾਂ ਮੋਗੇ 1 ਵਜੇ ਤੱਕ ਇਕੱਠੇ ਹੋ ਜਾਈਏ। ਸੋ ਇਹ ਅਪੀਲ ਸੀ ਕਿ ਮੋਗਿਓਂ ਪਰਸੋਂ ਚੱਲਾਂਗੇ ਭਰਾਵੋ, ਆਓ ਵੱਧ ਤੋਂ ਵੱਧ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ, ਆਪਾਂ ਘਰ ਘਰ ਦਾ ਟਰੈਕਟਰ, ਘਰ ਘਰ ਦੇ ਵਿੱਚੋਂ ਗੱਡੀ ਅਤੇ ਘਰ ਘਰ ਦਾ ਬੰਦਾ ਜਿਹੜਾ ਦਿੱਲੀ ਚੱਲੀਏ, ਕਿਉਂਕਿ 26 ਤਰੀਕ ਨੂੰ ਜਿੱਡੀ ਵੱਡੀ ਗਿਣਤੀ ਸਾਡੀ ਦਿੱਲੀ 'ਚ ਪਹੁੰਚੂਗੀ, ਉੱਡੀ ਵੱਡੀ ਜਿਹੜੀ ਸਾਡੀ ਜਿੱਤ ਆ ਉਹ ਯਕੀਨੀ ਹੋਣੀ ਆ। ਇਸ ਕਰਕੇ ਹੁਣ ਕੋਈ ਵੀ ਬੰਦਾ, ਕੋਈ ਵੀ ਮੇਰਾ ਭਰਾ ਨੌਜਵਾਨ ਵਾਂਝਾ ਨਾ ਰਹਿ ਜਾਓ, ਕਿਸਾਨ ਮਜ਼ਦੂਰ ਭਰਾ ਸਾਡੇ, ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਣੇ ਸਾਧਨਾਂ ਦੇ ਉੱਤੇ ਆਪਣੇ ਮਜ਼ਦੂਰ ਭਰਾਵਾਂ ਨੂੰ ਵੀ ਨਾਲ ਪਿੰਡਾਂ ਦੇ ਵਿੱਚੋਂ ਬਿਠਾ ਕੇ ਲੈ ਕੇ ਆਉਣਾ। ਸਾਰੇ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਕੋਈ ਵੀ ਬੰਦਾ ਹੁਣ 26 ਤਰੀਕ ਤੋਂ ਪਹਿਲਾਂ ਪਹਿਲਾਂ ਘਰ ਨਹੀਂ ਹੋਣਾ ਚਾਹੀਦਾ। ਸਾਰਾ ਪੰਜਾਬ ਦਾ ਹਰ ਘਰ ਦੇ ਵਿੱਚੋਂ 2-2 ਅਤੇ ਨਹੀਂ 1-1 ਤਾਂ ਦਿੱਲੀ ਪਹੁੰਚੇ ਹੀ ਪਹੁੰਚੇ ਭਰਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।